चोरी मैं रविदास चौंगा भाजी कुछ नहीं भाजी उ मैं भाजी उन्होंने मेरे को फड़िया हुआ उ गलबात करते पे आ भाजी मुंडिया पिछे लगा यार मुंडिया ने किया काम भाजी तुम मैनू तो समझाते रहे मैं मुंडिया पिछे लग के किया मैं थोड़ी करदा हाँ जी हां जी भाई मैं नहीं तेरे काम करता भाई मुंडे पिछे लगा मैं भाई रविदास चौंक आ सी हां जी रविदास चौंक ते नाल ही चौंक दे नाल ही आ हां जी आन लगे तुसी ठीक भाई ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਆ ਜੀ ਕੀ ਮਾਮਲਾ ਕੀ ਆ ਜੀ ਕੀ ਮਾਮਲਾ ਇਹ ਹੈ ਨਾਲ ਹੀ ਆਪਣੇ ਇੱਥੇ ਫਰੈਂਡ ਆ ਆਪਣੇ ਸਾਹਮਣੇ ਦੁਕਾਨ ਹੈ ਰਵਿਦਾਸ ਚੌਂਕ 'ਚ ਅਤੇ ਉਹਨਾਂ ਦਾ ਘਰ ਹੈ ਗੀਤਾ ਕਲੋਨੀ ਉੱਥੇ ਇਹਨਾਂ ਨੇ ਚੋਰੀ ਕੀਤੀ ਹੈ ਪਰਸੋਂ ਉਹਦੇ ਵਿੱਚ ਇਹਨਾਂ ਨੇ ਦੋ ਸਿਲੰਡਰ ਦੋ ਐੱਲ ਈ ਡੀਆਂ ਜੋ ਤੁਹਾਡੇ ਸਾਹਮਣੇ ਇਹਨੇ ਬਿਆਨ ਕੀਤਾ ਵਾ ਦੋ ਐੱਲ ਈ ਡੀਆਂ ਦੋ ਸਿਲੰਡਰ ਹੋਮ ਥੀਏਟਰ ਠੀਕ ਆ ਨਾ ਉਹ ਚੋਰੀ ਕੀਤੇ ਇਹਨਾਂ ਨੇ ਅੱਜ ਨੂੰ ਰੰਗੀ ਹੱਥੀ ਫੜਿਆ ਐੱਲ ਈ ਡੀ ਵੇਚਣ ਚੱਲਾ ਸੀਗਾ ਜੀ ਅੱਛਾ ਰੰਗੀ ਹੱਥੀ ਫੜਿਆ ਇਹਨੂੰ ਫੜ ਕੇ ਤੁਹਾਡੇ ਸਾਹਮਣੇ ਇਹਨੂੰ ਕਬੂਲ ਕੀਤਾ ਇਹ ਵੇਚਣ ਕਿੱਥੇ ਜਾਂਦੇ ਸੀ ਵੇਚਣ ਨਹੀਂ ਚੱਲਾ ਵੇਚਣ ਲੱਗਾ ਸੀਗਾ ਕਿਸੇ ਨੇ ਸਲੂਹ ਦਿੱਤੀ ਹੈ ਕਿ ਹਾਂ ਵੀ ਇੱਥੇ ਲਾਗੇ ਜਾ ਕੇ ਚੌਂਕ 'ਚ ਹੀ ਵੇਚਦਾ ਸੀ ਆਪੇ ਚਿੱਟਾ ਚੁੱਟਾ ਪੀਂਦੇ ਆ ਬਈ ਤੁਹਾਨੂੰ ਕਿਦਾਂ ਪਤਾ ਲੱਗਾ ਕੋਈ ਸੀਸੀਟੀਵੀ ਆਈ ਸੀਗੀ ਉਹੀ ਸੀਸੀਟੀਵੀ ਦੇਖੀ ਸੀ ਆਪਾਂ ਉੱਥੋਂ ਸ਼ਕਲ ਪਤਾ ਲੱਗੀ ਤੁਹਾਨੂੰ ਹਾਂ ਉੱਥੋਂ ਪਤਾ ਲੱਗੀ ਜੀ ਉੱਥੋਂ ਪਤਾ ਲੱਗੀ ਤੁਹਾਨੂੰ ਤੁਸੀਂ ਪੁਲਿਸ ਕੰਪਲੇਂਟ ਕੀਤੀ ਹਾਂਜੀ ਕੀਤੀ ਹੈ ਜੀ ਪੁਲਿਸ ਆ ਰਹੀ ਹੈ ਜੀ ਸੋ ਪੁਲਿਸ ਪ੍ਰਸ਼ਾਸਨ ਨੇ ਤੁਸੀਂ ਦੇਖ ਸਕਦੇ ਹੋ ਕਿ ਕੀ ਚੋਰੀ ਉੱਥੋਂ ਕੀਤਾ ਕਰਾਉਣੀ ਭਾਈ ਕੋਈ ਨਹੀਂ ਦੋ ਉਹ ਹੀ ਐਲਸੀਡੀਆਂ ਕੀਤੀਆਂ ਭਾਈ ਦੋ ਪੱਖੇ ਕੀਤੇ ਕੀ ਕਰਦੇ ਸੀ ਨਸ਼ੇ ਕਰਦੇ ਭਾਈ ਨਸ਼ਾ ਕਰਦੇ ਸੀ ਕੀ ਕਰਦਾ ਨਸ਼ਾ ਭਾਈ ਸਮਾਨ ਲਾਉਂਦੇ ਸੀ ਨਾਲ ਹੋਰ ਵੀ ਸੀ ਮੁੰਡੇ ਨਾਲ ਮੁੰਡੇ ਤਿੰਨ ਮੁੰਡੇ ਸੀ ਭਾਜੀ ਦੋ ਮੁੰਡੇ ਹੋਰ ਸੀ ਅੱਛਾ ਜੀ ਅੱਜ ਇਹ ਜਿਹੜਾ ਦੱਸਦੇ ਵੇ ਕਿ ਐਲਈਡੀ ਵੇਚਣ ਗਿਆ ਸੀਗਾ ਅੱਜ ਮੁੰਡਾ ਕਹਿੰਦਾ ਹੀ ਵੇਂਦਾ ਭਾਬੀ ਨੂੰ ਦੇ ਦੇਣੀ ਹੈ ਮੈਂ ਕਿਹਾ ਭਾਬੀ ਨੂੰ ਮੈਨੂੰ ਨਹੀਂ ਪਤਾ ਹੈਗਾ ਕਹਿੰਦਾ ਚੱਲ ਭਾਬੀ ਨੂੰ ਦੇ ਦੇ ਕਿਹੜੀ ਭਾਬੀ ਕਿਹੜੀ ਹੈ ਭਾਬੀ ਆ ਤਾਰ ਵਾਲੀ ਗਲੀ ਜਾ ਭਾਜੀ ਅੱਛਾ ਉੱਥੋਂ ਕੀ ਨਸ਼ਾ ਲੈਂਦੇ ਸੀ ਹਾਂਜੀ ਉਹ ਕਹਿੰਦੇ ਸਾਨੂੰ ਦੇ ਦਿਓ ਤੁਸੀਂ ਕੀ ਕੀ ਸਮਾਨ ਚੋਰੀ ਕੀਤਾ ਸਮਾਨ ਭਾਈ ਕੋਈ ਨਹੀਂ ਦੋ ਐਲਡੀਆਂ ਸੀ ਤੇ ਦੋ ਪੱਕੇ ਸੀ ਦੋ ਸਿਲੰਡਰ ਸੀ ਇੱਕ ਬੂਪਰ ਸੀ ਭਾਜੀ ਬਸ ਇਹੀ ਸੀ ਚੀਜ਼ਾਂ ਮੈਂ ਸਾਰੀਆਂ ਚੀਜ਼ਾਂ ਭਾਈ ਦੇਣ ਨੂੰ ਤਿਆਰ ਆ ਭਾਜੀ ਸਾਰੀਆਂ ਚੀਜ਼ਾਂ ਦੇਣ ਨੂੰ ਤਿਆਰ ਆ ਭਾਜੀ ਨਹੀਂ ਦੇਣ ਨੂੰ ਤਾਂ ਤਿਆਰ ਆ ਚੋਰੀ ਕਿਉਂ ਕੀਤੀਆਂ ਸੀ ਭਾਈ ਉਹ ਮੁੰਡੇ ਅੰਦਰ ਆ ਗਿਆ ਭਾਜੀ ਬਲਈਆ ਨੂੰ ਮੁੰਡਿਆਂ ਪਿੱਛੇ ਭਾਜੀ ਕੀਤਾ ਨਹੀਂ ਮੁੰਡਿਆਂ ਵਿੱਚ ਨਸ਼ਾ ਤੂੰ ਆਪ ਵੀ ਕਰਦਾ ਹੀ ਆ ਨਾ ਹਾਂਜੀ ਮੈਂ ਵੀ ਕਰਦਾ ਮੁੰਡੇ ਵੀ ਕਰਦੇ ਜਿਹੜੇ ਸੀਗੇ ਦੋ ਦੋ ਕਰਦੇ ਆ ਉਹ ਵੀ ਨਸ਼ਾ ਹੀ ਕਰਦੇ ਆ ਹਾਂਜੀ ਉਹ ਵੀ ਨਸ਼ਾ ਹੀ ਕਰਦੇ ਨਾਲ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਇੱਕ ਸੌਰਵ ਆ ਇੱਕ ਮੁੰਡਾ ਹੋਰ ਆ ਦੌੜ ਗਿਆ ਉਹਦਾ ਨਾਮ ਕੀ ਹੈ ਉਹਦਾ ਨਾਮ ਬੰਦੇ ਮਣੀ ਆ ਭਾਜੀ ਤੇਰਾ ਕੀ ਨਾਮ ਹੈ ਮੇਰਾ ਨਾਮ ਗਗਨਦੀਪ ਆ ਭਾਜੀ ਭਾਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਨਸ਼ੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਗੀਤਾ ਕਲੋਨੀ ਜਿਹੜੇ ਦੋ ਦਿਨ ਪਹਿਲਾਂ ਚੋਰੀ ਹੋਈ ਸੀ ਤਾਂ ਚੋਰੀ ਜਿਹੜਾ ਚੋਰ ਸੀਗੇ ਐਲਈਡੀ ਔਰ ਸਿਲੰਡਰ ਲੈ ਕੇ ਇੱਥੋਂ ਗਏ ਸੀਗੇ ਤੇ ਅੱਜ ਜਿਨ੍ਹਾਂ ਦੇ ਚੋਰੀ ਹੋਈ ਸੀ ਉਹਨਾਂ ਨੇ ਹੀ ਇਸ ਬੰਦੇ ਨੂੰ ਪਕੜ ਲਿੱਤਾ ਇੱਕ ਲੜਕੇ ਨੂੰ ਉੱਚੋਂ ਦੀ ਇਹ ਜੋ ਦੱਸਿਆ ਰਿਹਾ ਤਿੰਨ ਲੜਕੇ ਸੀਗੇ ਮਤਲਬ ਇੱਕ ਲੜਕੇ ਨੂੰ ਜਿਹੜਾ ਫੜ ਲਿੱਤਾ ਗਿਆ ਤੇ ਅੱਜ ਉਹ ਐਲਈਡੀ ਵੇਚਣ ਤੇ ਜੋ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਉਹਨੂੰ ਮੌਕੇ ਤੇ ਫੜ ਲਿੱਤਾ ਗਿਆ ਸੋ ਮੌਕੇ ਤੇ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤੀ ਗਈ ਹੈ ਸੋ ਜੋ ਲੜਕੇ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਤਿੰਨ ਲੜਕੇ ਸੀਗੇ ਔਰ ਕਿਸੇ ਲੇਡੀ ਦਾ ਨਾਮ ਲੈ ਕੇ ਦੱਸ ਰਹੇ ਕਿ ਉੱਥੋਂ ਹੈ ਜਿਹੜਾ ਕਿ ਨਸ਼ਾ ਖਰੀਦਦੇ ਸੀਗੇ ਤੇ ਅੱਜ ਐਲਈਡੀ ਉਹਨੂੰ ਹੀ ਦੇਣ ਜਾ ਰਹੇ ਜੋ ਇਹ ਬਿਆਨ ਕਰ ਰਿਹਾ ਸਿਲੰਡਰ ਵੀ ਚੋਰੀ ਕੀਤੇ ਫਿਲਹਾਲ ਉਸਦੇ ਮੂੰਹੋਂ ਹੀ ਸਭ ਕੁਝ ਜਿਹੜਾ ਉਸਨੇ ਆਪ ਹੀ ਬੋਲਿਆ ਸੋ ਪੁਲਿਸ ਨੂੰ ਹੁਣ ਇਨਫੋਰਮ ਕਰ ਦਿੱਤਾ ਗਿਆ ਥੋੜੀ ਦੇਰ ਚ ਪੁਲਿਸ ਇੱਥੇ ਆ ਰਹੀ ਹੈ ਫਿਲਹਾਲ ਲੋਕਾਂ ਦੇ ਵੱਲੋਂ ਇਸ ਨੂੰ ਜਿਹੜਾ ਰੰਗੇ ਹੱਥੀ ਫੜਿਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਸੋ ਦੱਸ ਦੀ ਕਿ ਕੈਮਰੇ ਕਿਹੜਾ ਲੜਕੇ ਨੇ ਖੁਦ ਸਾਰਾ ਆਪਣਾ ਬਿਆਨ ਦੇ ਦਿੱਤੇ ਹੈ ਕਿ ਇਹਨੂੰ ਇਹ ਜਿਹੜਾ ਸਮਾਨ ਉੱਤੋਂ ਸਿਲੰਡਰ ਐਲਈਡੀ ਔਰ ਬੂਫਰ ਦੇ ਉੱਤੋਂ ਪੱਖੇ ਦੇ ਚੋਰੀ ਕੀਤੇ ਸੀ ਕੈਮਰੇ ਦੱਸ ਰਿਹਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ
ਸਾਨੂੰ ਦੱਸ ਦਈਏ ਕਿ ਪਰਸੋਂ ਜਿਹੜਾ ਗੀਤਾ ਕਲੋਨੀ 'ਚ ਜਿਹੜੀ ਇੱਕ ਚੋਰੀ ਹੋਈ ਸੀਗੀ ਉਹ ਚੋਰੀ ਦਾ ਸੰਬੰਧ ਜਿਹੜਾ ਕਿ ਅੱਜ ਲੜਕਾ ਇੱਕ ਫੜਿਆ ਗਿਆ। ਅੱਜ ਐੱਲ ਈ ਡੀ ਵੇਚਣ ਵਾਸਤੇ ਜਦੋਂ ਜਾ ਰਿਹਾ ਸੀ ਤਾਂ ਜਿਨ੍ਹਾਂ ਦੇ ਘਰ ਚੋਰੀ ਕੀਤੀ ਸੀ ਉਹਨਾਂ ਨੇ ਅੱਜ ਸੀ ਸੀ ਟੀ ਵੀ ਤੋਂ ਦੇਖ ਕੇ ਇਹਦੀ ਸ਼ਕਲ ਪਹਿਚਾਣ ਲਿੱਤੀ ਤਾਂ ਇਹਨੂੰ ਐੱਲ ਈ ਡੀ ਦੇ ਸਮੇਤ ਜਿਹੜਾ ਕਿ ਅੱਜ ਜਿਹੜਾ ਕਾਬੂ ਕਰ ਲਿੱਤਾ ਗਿਆ ਔਰ ਲੜਕਾ ਖੁਦ ਆਪਣੇ ਮੂੰਹ ਦੱਸ ਰਿਹਾ ਕਿ ਹਾਂ ਮੈਂ ਇੱਥੋਂ ਉੱਥੇ ਚੋਰੀਆਂ ਕੀਤੀਆਂ ਸੀ ਔਰ ਨਸ਼ੇ ਦਾ ਮੈਂ ਆਦੀ ਹਾਂ ਇਸ ਕਰਕੇ ਮੈਂ ਚੋਰੀਆਂ ਕਰਦਾ ਔਰ ਇਹਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੋ ਲੜਕੇ ਮੇਰੇ ਨਾਲ ਹੋਰ ਆ ਔਰ ਅੱਜ ਕਿਸੇ ਭਾਬੀ ਦਾ ਜਿਹੜਾ ਨਾਂ ਲੈ ਰਿਹਾ ਕਿ ਉਹਨੂੰ ਜਿੱਥੋਂ ਸਮਾਨ ਲੈਂਦੇ ਆ ਨਸ਼ੇ ਦਾ ਅਤੇ ਉਹਨੂੰ ਐੱਲ ਈ ਡੀ ਦੇਣ ਜਾਣੀ ਸੀ ਇਹਨਾਂ ਨੇ ਅਤੇ ਜਦੋਂ ਜਾ ਰਿਹਾ ਸੀ ਤਾਂ ਇਹਨੂੰ ਜਦੋਂ ਫੜ ਲਿੱਤਾ ਗਿਆ ਜਿਨ੍ਹਾਂ ਦੇ ਇਹਨਾਂ ਨੇ ਚੋਰੀ ਕੀਤੀ ਸੀ ਉਹਨਾਂ ਵੱਲੋਂ ਇਹਨੂੰ ਫੜ ਲਿੱਤਾ ਗਿਆ ਔਰ ਮੌਕੇ ਤੇ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਲੇਕਿਨ ਅਜੇ ਤੱਕ ਪੁਲਿਸ ਪਹੁੰਚ ਪਾਈ। ਪੁਲਿਸ ਨੂੰ ਕਿੰਨਾ ਦੇਰ ਹੋ ਗਈ ਇਨਫੋਰਮ ਕੀਤੇ ਨੂੰ? ਆ ਰਹੀ ਹੈ ਪੁਲਿਸ, ਆਈ ਗਈ ਪੁਲਿਸ, ਉਹ ਦੇਖਾ ਆਈ ਗਈ ਪੁਲਿਸ, ਆਈ ਗਈ ਪੁਲਿਸ, ਚਲਿਏ ਇਹਦਾ ਸਮਾਰਟਫੋਨ ਕਿਹੜਾ ਚੋਰੀ ਕੀਤਾ? ਸਮਾਨ ਭਾਜੀ ਮੰਨਿਆ ਮੀਡੀਆ ਸਾਹਮਣੇ ਇਹਨੇ ਦੋ ਐਲਈਡੀ ਚੋਰੀਆਂ ਕੀਤੀਆਂ, ਦੋ ਸਿਲੰਡਰ, ਇੱਕ ਹੋਮ ਥੀਏਟਰ, ਐਲਈਡੀ ਇੱਕ ਫੜ ਲਈ ਹੈ। ਹਾਂ ਇੱਕ ਐਲਈਡੀ ਮਿਲ ਗਈ, ਦੋ ਫਰਾਟੇ ਪੱਕੇ ਆ। ਉਦਾਸ ਜੀ ਕਿ ਪੁਲਿਸ ਵੱਲੋਂ ਮੌਕੇ ਤੇ ਇਹਨੂੰ ਹੁਣ ਜਾ ਕੇ ਥਾਣੇ ਲੈ ਕੇ ਆਇਆ ਜਾ ਰਿਹਾ। ਭਾਈ ਕਿਹੜੇ ਥਾਣੇ ਲੈ ਕੇ ਜਾ ਰਹੇ ਭਰ ਕੇ ਜੋ ਇਹਨਾਂ ਨੂੰ ਦੱਸਿਆ ਜਾ ਐਲਈਡੀ ਲੈ ਕੇ, ਉਹ ਵੀ ਐਲਈਡੀ ਬਣਾ ਲੈ ਕੇ ਜਾ ਰਹੇ ਹੋ ਜਿਹੜੀ ਇਹਨਾਂ ਕੋਲ ਬੜੀ ਹੈ? ਅੱਛਾ ਵੀ ਨਾਲ ਹੀ ਹੈ ਦੂਜਾ ਵੀ, ਠੀਕ ਹੈ ਜੀ। ਦੱਸ ਦਈਏ ਕਿ ਥਾਣਾ ਭਰ ਕੈਂਪ ਦੀ ਪੁਲਿਸ ਵੱਲੋਂ ਜਿਹੜਾ ਕਿ ਉਹਨੂੰ ਹੁਣ ਥਾਣੇ ਲੈ ਕੇ ਜਾਇਆ ਜਾ ਰਿਹਾ। ਮੌਕੇ ਤੋਂ ਜਿਹੜੀ ਇਹਨੂੰ ਕੋਈ ਐਲਈਡੀ ਪਕੜੀ ਸੀ ਉਹ ਵੀ ਥਾਣੇ ਲੈ ਕੇ ਜਾਈ ਜਾ ਰਹੀ ਹੈ। ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਗੀਤਾ ਕਲੋਨੀ 'ਚ ਜਿਹੜਾ ਦੋ ਦਿਨ ਪਹਿਲਾਂ ਰਾਤ ਚੋਰੀ ਹੋਈ ਸੀ ਔਰ ਚੋਰੀ ਦੇ ਸੰਬੰਧ ਵਿੱਚ ਜਿਹੜਾ ਕਿ ਇਹਨਾਂ ਨੇ ਐਲਈਡੀ ਔਰ ਪੱਖੇ ਔਰ ਸਿਲੰਡਰ ਚੋਰੀ ਕੀਤੇ ਸੀ ਤਾਂ ਅੱਜ ਇੱਕ ਲੜਕਾ ਵਿੱਚੋਂ ਦੀ ਐਲਈਡੀ ਵੇਚਣ ਵਾਸਤੇ ਜਾ ਰਿਹਾ ਸੀ ਤਾਂ ਉਹਨੂੰ ਮੌਕੇ ਤੋਂ ਰੰਗੇ ਹੱਥੀਂ ਫੜ ਲਿੱਤਾ ਗਿਆ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹਨਾਂ ਵੱਲੋਂ, ਅਤੇ ਉਸ ਤੋਂ ਬਾਅਦ ਇਹਨੂੰ ਫੜ ਕੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ। ਲੜਕੇ ਵੱਲੋਂ ਖੁਦ ਵੀ ਮੰਨਿਆ ਗਿਆ ਕਿ ਹਾਂ ਮੈਂ ਚੋਰੀ ਕੀਤੀ ਸੀਗੀ। ਉਹ ਥਾਣਾ ਭਾਰੂ ਕੈਂਪ ਦੀ ਪੁਲਿਸ ਨੂੰ ਮੌਕੇ ਤੋਂ ਲੈ ਗਈ ਹੈ। ਹੁਣ ਅਗਲੀ ਪੁੱਛਤਾਛ ਜਿਹੜੇ ਕਰਕੇ ਜਿਹੜੇ ਬਾਕੀ ਦੇ ਨਾਲ ਦੇ ਉਹਨਾਂ ਨੂੰ ਵੀ ਰਾਊਂਡ ਅਪ ਕੀਤਾ ਜਾਏਗਾ। ਸੋ ਇਹਨੂੰ ਜਿਹੜਾ ਕਿ ਗੁਰੂ ਰਵਿਦਾਸ ਚੌਂਕ ਦੇ ਕੋਲ ਉਹਦੇ ਫੜਿਆ ਗਿਆ ਲੜਕੇ ਨੂੰ। ਸੋ ਇਹਨਾਂ ਹੀ ਤਸਵੀਰਾਂ ਨਾਲ ਤੁਹਾਡੇ ਤੋਂ ਲੈਣੇ ਇਜਾਜ਼ਤ। ਇਸ ਖਬਰ ਦਾ ਕੋਈ ਹੋਰ ਨਵੀਂ ਅਪਡੇਟ ਆਉਂਦੀ ਤੁਹਾਡਾ ਤੁਹਾਡੇ ਨਾਲ ਦੁਆਰਾ ਫਿਰ ਰੂਬਰੂ ਹੋਵਾਂਗੇ। ਤੁਹਾਡੇ ਤੋਂ ਇਜਾਜ਼ਤ, ਧੰਨਵਾਦ।